ਅਸਲਾਮ ਵਾਲੇਕੁਮ ਦੋਸਤੋ ਮੇਰੇ ਜਿੰਨੇ ਵੀ ਜਨੂਬੀ ਪੰਜਾਬ ਦੇ ਭਰਾ ਜਿੰਨੇ ਵੀ ਦੋਸਤ ਦੇ ਦੇ ਪੈਨ ਮੇਰੀ ਉਹਨਾਂ ਕੋਲੋਂ ਅਵਾਇਲ ਦੇ ਵਿੱਚ ਇਹ ਰਿਕੁਐਸਟ ਹੈ ਕਿ ਮੇਰੀ ਇਹ ਵੀਡੀਓ ਪੂਰੀ ਦੇਖਸੋ ਇਹ ਵੀਡੀਓ ਦੇ ਬਾਅਦ ਇਨਸ਼ਾਅੱਲਾ ਉਮੀਦ ਹੈ ਯਕੀਨ ਹੈ ਕਿ ਤੁਹਾਕ ਵਾ ਬਹੁਤ ਸਾਰੇ ਇਨਫੋਰਮੇਸ਼ਨ ਜੋ ਮਿਲਸਨ ਤੁਹਾਕ ਉਸਾ ਕੋ ਆਪਣੀ ਪਛਾਣ ਦਾ ਪਤਾ ਲੱਗ ਵੇਸੀ ਸਾਕ ਕੋ ਆਪਣੀ ਪਾਵਰ ਦਾ ਪਤਾ ਲੱਗ ਵੇਸੀ ਕਿ ਸਾਡੇ ਵਿੱਚ ਕਿੰਨੀ ਪਾਵਰ ਹੈ ਤਾਂ ਜਿਹੜੀ ਗੱਲ ਹੈ ਕਿ ਜਨੂਬੀ ਪੰਜਾਬ ਤੇ ਇਹ ਆਪਣਾ ਅਪਰ ਪੰਜਾਬ ਇਹਨੇ ਜਿੰਨਾ ਡਿਫਰੈਂਸ ਕਿਉਂ ਰੱਖਿਆ ਹੋਇਆ ਨੇ ਅੱਜ ਇਹੀ ਕੁਝ ਅਸਾਂ ਜ਼ੇਰੇ ਬਹਿਸ ਗਿਨਾ ਸੋ ਤਾਂ ਮੈਂ ਕੋ ਯਕੀਨ ਹੈ ਮੇਰੇ ਦੋਸਤ ਦੇਖਸਨ ਤਾਂ ਜਿਹੜੀ ਗੱਲ ਹੈ ਕਿ ਜਨੂਬੀ ਪੰਜਾਬ ਵਸਾਇਲ ਜਨੂਬੀ ਪੰਜਾਬ ਦੇ ਵਿੱਚ ਕਾਫੀ ਸਾਰੇ ਜ਼ਿਆਦਾ ਬਹੁ ਹੀ ਜ਼ਿਆਦਾ ਵਸਾਇਲ ਤੇ ਅਪਰ ਪੰਜਾਬ ਦੇ ਵਿੱਚ ਵਸਾਇਲ ਖੈਰ ਹੋਸਨ ਲੇਕਿਨ ਜਨੂਬੀ ਪੰਜਾਬ ਦਾ ਮੁਕਾਬਲਾ ਕਹ ਨਹੀਂ ਜਨੂਬੀ ਪੰਜਾਬ ਦਾ ਹੀ ਆਪਣਾ ਲੈਵਲ ਹੈ ਇਹ ਆਪਣੀ ਸ਼ਾਨ ਹੈ ਜਨੂਬੀ ਪੰਜਾਬਲੇ ਜਿਹੜੇ ਸਰਾਈਕੀ ਵਦਨਾਂ ਇਹਨਾਂ ਦਾ ਹੀ ਆਪਣਾ ਲੈਵਲ ਹੈ ਔਰ ਇਹ ਬੜੀ ਰੌਣਕ ਮੁਹਈਆ ਕੀਤੀ ਵਦਨ ਬਹੁ ਹੀ ਰੌਣਕ ਮੁਹਈਆ ਕੀਤੀ ਵਦਨ ਪੰਜਾਬ ਨੂੰ ਪਾਕਿਸਤਾਨ ਨੂੰ ਜਿੰਨੇ ਵੀ ਸਰਾਇਕੀ ਵਦਨ ਥਾ ਤਾਂ ਜਿਹੜੀ ਗੱਲ ਹੈ ਕਿ ਮਜ਼ੀਦ ਟੁਰੰਦੇ ਜੁਲੂ ਤਾਂ ਆਪਣਾ ਅਪਰ ਪੰਜਾਬ ਵਾਲੇ ਅਕਸਰ ਮੈਂ ਜ਼ਿਕਰ ਕਰਨਾ ਕਿ ਅਪਰ ਪੰਜਾਬ ਵਾਲੇ ਜਿਹੜਾ ਆਪਣਾ ਹੱਕ ਛਿਕੇਨ ਮੈਂ ਕੋ ਉਹਨੇ ਤੇ ਕੋਈ ਮੈਂ ਉਹਨੇ ਕੋਈ ਤਨਕੀਦ ਨਹੀਂ ਕਰਾਂਦਾ ਮੈਂ ਕੋ ਉਹਨੇ ਤੇ ਕੋਈ ਉਹਨੇ ਕੋਲ ਮੈਂ ਸੜਦਾ ਨਹੀਂ ਮੈਂ ਕੋ ਉਹਨੇ ਕੋਲ ਕੋਈ ਸ਼ਿਕਵਾ ਸ਼ਿਕਾਇਤ ਕਰਨੀ ਮੈਂ ਉਹਨੇ ਕੋ ਅਪਰੀਸ਼ੀਏਟ ਕਰਾਂਦਾ ਮੇਰੇ ਅਪਰ ਪੰਜਾਬ ਵਾਲੇ ਵੀ ਲੇਕਿਨ ਗੱਲ ਇਹ ਯਾਰ ਮਾਇੂਸ ਥਾ ਮੈਂ ਤਾਂ ਇੱਕ ਦਫਾ ਜਿਰਲੇ ਦੇਦੇ ਹਾਂ ਕਿ ਸਾਡੇ ਜਨੂਬੀ ਪੰਜਾਬ ਵਾਲੇ ਜਿੰਨੇ ਵੀ ਲੋਕ ਹਿੰਨਾ ਜਨੂਬੀ ਪੰਜਾਬ ਵਾਲੇ ਇਹ ਅੱਜਾਂ ਤਾਈ ਬਹੁ ਹੀ ਪਿਛੋ ਤੋਂ ਵਦਨ ਥਾ ਬਹੁ ਪਿਛੋ ਤੋਂ ਕਿਵੇਂ ਵਦਨ ਥਾ ਤੁਹਾਨੂੰ ਦੱਸਣ ਦਾ ਜੁਲਾ ਉਹ ਇਹ ਵਦਨ ਥਾ ਕਿ ਡਿੱਠਾ ਵਜੇ ਤਾਂ ਪਹਿਲੇ ਪਹਿਲੇ ਤਾਲੀਮ ਦੀ ਗੱਲ ਕਰਨੇ ਤਾਲੀਮ ਤਾਲੀਮ ਇਹ ਹੈ ਕਿ ਆਪਣਾ ਜਿਹੜਾ ਅਸਾਂ ਆਨੇ ਹੈ ਜਨੂਬੀ ਪੰਜਾਬ ਦੇ ਵਿੱਚ ਇੰਟਰ ਥਿੰਨ ਹੈ ਤਾਂ ਇੱਥਾਂ 61% ਕਮ ਮਤਲਬ ਤਾਲੀਮੀ ਇਦਾਰੇ ਉੱਪਰ ਪੰਜਾਬ ਦੇ ਨਿਸ਼ਬਤ 61% ਘੱਟ ਤਾਂ ਜਿਹੜੇ ਜਿਹੜੀ تعلیم ਪੰਜਾਬ ਦੇ ਵਿੱਚ ਜਿਹੜੀ تعلیم ਅਗਰ ਜ਼ਿਆਦਾ ਹੈ ਅਸੀਂ ਦੇਖੋ ਤਾਂ ਉਹ ਇਥੇ ਜਨੂਬੀ ਪੰਜਾਬ ਦੇ ਵਿੱਚ تعلیم ਕਰਦਾ ਹੈ ਰਿਜ਼ਲਟ ਇਥੋਂ ਦੇ ਚੰਗੇ ਹੁੰਦੇ ਇਥੋਂ ਦੀ ਮਤਲਬ ਲੋਕ ਚੰਗੇ ਟੈਲੈਂਟਡ ਨੇ ਜ਼ਿਆਦਾਤਰ ਤਾਂ ਚੋਂ ਕਿ ਅੱਲਾਹ ਤਾਲਾ ਹਰ ਕੋਈ ਕੋਨਾ ਇੱਕ ਆਪਣਾ ਖੂਬੀਆਂ ਨਹੀਂ ਚਾਹੁੰਦੇ ਤਾਂ ਜਨੂਬੀ ਪੰਜਾਬ ਦੇ ਵਿੱਚ ਅੱਲਾਹ ਤਾਲਾ ਇਹ بڑا ਕਰਮ ਕੀਤੇ ਇੱਕ ਬੜੀ ਖਸੂਸੀਅਤ ਨੇ ਖੂਬੀ ਸੱਤੀ ਤਾਂ ਜਿਹੜਾ ਨੈਕਸਟ ਗੱਲ ਹੈ ਉਹ ਇਹ ਹੈ ਕਿ ਇਤਨੇ ਇਥਾ ਤਾਲਮੀ ادارے ਇਤਨੇ ਘਟੇ ਜਿਹੜੀ ਦੂਜੀ ਗੱਲ ਹੈ ਉਹ ਇਹ ਹੈ ਕਿ ਜਿਹੜੀ ਆਪਣਾ ਹਸਪਤਾਲ ਹਸਪਤਾਲ ਜਿੰਨੇ ਵੀ ਹਨ ਹਸਪਤਾਲ ਰੇਖੂ ਚਾ ਤਾਂ ਮੈਂ ਦੇ ਅੰਦਾਜ਼ੇ ਦੇ ਮੁਤਾਬਕ ਕਿ ਜਿੰਨੇ ਵੀ ਅਪਰ ਪੰਜਾਬ ਦੇ ਹਸਪਤਾਲ ਹਨ ਉਹਨਾਂ ਵਿੱਚ ਕਾਫੀ ਸਾਰੇ ਸਹੂਲਿਆਤ ਹਨ ਔਰ ਉੱਤੇ ਕਾਫੀ ਸਾਰੇ ਹਸਪਤਾਲ ਹਨ ਤਾਂ ਇੰਤੇ ਜਨੂਬੀ ਪੰਜਾਬ ਦੇ ਵਿੱਚ ਹਸਪਤਾਲ ਖੂ ਨਹੀਂ ਬਹੁ ਘਟ ਬਹੁ ਘਟ ਨਾ ਹੋਰ ਹਿੰ ਤਥੋ ਪਤੇ ਕਿ ਜਿੰ ਉਤਾ ਸਿਰ ਵੈਨੇ ਉਤਾ ਬਸ ਬਲੱਡ ਪ੍ਰੈਸ਼ਰ ਚੈੱਕ ਕਰਨਾ ਵਲਾ ਹੋਦਨ ਤੁਸਾ ਲਾਹੌਰ ਵੈਸੋ ਯਾ ਮਲਤਾਨ ਵੈਸੋ ਯਾਹਗੂ ਲਾਹੌਰ ਵੈਸੋ ਯਾ ਆਗੂ ਤੇ ਵੈਸੋ ਤਾਂ ਇਹ ਸਿਰ ਜਸਟ ਅਸਾ ਖਣੇ ਚੈੱਕ ਅਪ ਦੀ ਹੱਦ ਤੱਕ ਜੇ ਸਾਡੇ ਜਨੂ ਵੀ ਪੰਜਾਬ 에ਰੀਏ ਦੇ ਜਿੰਨੇ ਆਵਨ ਦਿੱਠਾ ਬਨੇ ਤਾਂ ਇਥੋ ਬਹੁ ਬਹੁ ਕੁਝ ਹਾਸਲ ਕਰ ਵੈਨਨ ਇਹ ਹਕੂਮਤ ਇਥੋ ਬਹੁ ਹੀ ਕੁਝ ਹਾਸਲ ਕਰ ਤੁਮ ਮੈਂ ਦਸਿੰਦਾ ਜੁਲਾ ਉਹ ਕਿਆ ਕਿਆ ਹਾਸਲ ਕਰ ਵੈਨਨ ਇਥੋ ਜੜਾ ਨਾ ਸਾਡੀ 94% ਕਪਾਹ 94% ਕਪਾਹ ਵੈਂਦੀ ਇਹ ਇਨੇ ਕੋ ਕਿਥੋਂ ਵੈਂਦੀ ਜੋ ਨੂ ਵੀ ਪੰਜਾਬੀ ਚ ਵੈਂਦੀ ਹੈ ਇਨੇ ਕੋ ਆ ਓਨੀਅਨ ਵਸਲ ਪਿਆਜ਼ ਇਹ 73% 73% ਵੈਂਦੇ ਕਿਥੋਂ ਵੈਂਦੇ ਜਨੂ ਵੀ ਪੰਜਾਬੀ ਚ ਵੈਂਦੇ ਇਨੇ ਕੋ ਮਲਤਾਨ ਦੇ ਵਿੱਚ ਆ ਆਮ ਆਮ ਹਿੰਪੇ ਅੰਬ ਇੰਦੇ ਬਾਗਿਂ ਬਾਗ ਕੁਝ ਵਿੱਚ ਉਹ ਵੀ ਕਿਤੇ ਹਨ ਉਹਨਾਂ ਦੇ ਵਕੀਤੇ ਹਨ ਢਵਾਏ ਵੀ ਹਨ ਨਗੂ ਤਬਾਹ ਕਿਤਾ ਨਹੀਂ ਮੈਨੂੰ 98% 98% ਹੀ ਤਾਂ ਆਪ ਵੰਦੇ ਜਨੂਬੀ ਪੰਜਾਬ ਦੇ ਵਿੱਚੋਂ ਆਪਣਾ 47% ਗਨਾ ਗਨਾ ਵੰਦੇ 47% ਥੋ ਵੰਦੇ ਜਨੂਬੀ ਪੰਜਾਬ ਦੇ ਵਿੱਚੋਂ ਮਤਲਬ ਜਨੂਬੀ ਵਲਾ ਆਪਣੀ ਗੱਲ ਕਰਾਂ ਤਾਂ ਸਾਡੇ ਕੋਹੇ ਸਲਮਾਨ ਪੱਟੀ ਦੇ ਵਿੱਚ ਦਮਾ ਨਹੀਂ ਪੱਟੀ ਦੇ ਵਿੱਚ ਬੜਾ ਮਤਲਬ ਯੂਰੇਨੀਅਮ ਇਥੋਂ ਹਾਸਲ ਕਰਵੰਨ ਉਹਦੇ ਮਤਲਬ ਇੱਕਦਮ ਬਾਤ ਨਹੀਂ ਕਰਦੇ ਜਾਂਦੇ ਵਿੱਚ ਬਿਮਾਰੀਆਂ ਫੈਲਦੇ ਉਹਨਾਂ ਤੋਂ ਸਾਡੀ ਅਲੱਹਾ ਦਾ ਵੀਡੀਓ ਹੈ ਤੇ ਬਈ ਜਿਹੜੀ ਗੱਲ ਹੈ ਇੱਥਾਂ ਵਾਲਾ ਅਗਰ ਡਿਠਾ ਵਜੇ ਤਾਂ ਇੱਥੋਂ ਦੀ ਜਿਹੜੀ ਗੁਰਬਾਤੇ ਇਹ ਏਰੀਆ ਦੀ ਇੱਥੋਂ ਇਤਨਾ ਕੁਝ ਹਾਸਲ ਕਰ ਵੰਨ ਤੇ ਇੱਥੋਂ ਦੀ ਜਿਹੜੀ ਗੁਰਬਾਤੇ ਉਹ ਕਿਥੋਂ ਮੈਡੀਸਨ ਦਾ ਜੁਲਾ 65% ਮਤਲਬ ਜਿਹੜੀ ਆਬਾਦੀ ਮੁਜ਼ਫਰਗੜ ਦੀ ਮੁਜ਼ਫਰਗੜ ਦੀ 50% ਆਬਾਦੀ ਜਿਹੜੀ ਗੁਰਬਤ ਦੀ ਲਕੀਰ ਕਿਨ ਘਟੇ 50% ਆਬਾਦੀ ਔਰ 48% ਆਬਾਦੀ ਰਾਜਨਪੁਰ ਦੀ ਜਿਹੜੀ ਨੇ ਘਟੇ ਸਾਡਾ ਆਪਣਾ ਡੇਰਾ ਗਾਜ਼ੀ ਖਾਨਾ ਦੇ ਜਿਹੜਾ ਗਾਜ਼ੀ ਖਾਨ 38% ਮਤਲਬ ਲੋਕ ਇਨ ਜਿਹੜੇ ਉਹਦੀ ਘਟ ਹੈ ਗੁਰਬਤ ਦੇ ਲਕੀਰ ਕੇ ਘਟ ਇਨ ਮਤਲਬ 38% ਲੋਕ ਗਰੀਬ ਇਨ ਸੁਦੇ 38% ਲੋਕ ਗੌਰ ਕਰੇ ਸੋ ਤੇ ਬੀ ਜਿਹੜਾ ਹੈ ਆਪਣਾ ਬਹਾਵਲਪੁਰ ਬਹਾਵਲਪੁਰ ਦਾ ਯਾਰ ਵੱਡਾ ਲੈ ਵਾਲਾ ਪੁਰਾਣਾ ਪੁਰਾਣੇ ਦੌਰ ਦੇ ਵਿੱਚ ਬਹਾਵਲਪੁਰ ਦਾ ਇੱਕ ਬੜਾ ਮਕਾਮ ਹਾ ਇਹਦੇ ਜਰਨਾ 53% ਆਬਾਦੀ ਜਿਹੜੀ 53% ਆਬਾਦੀ ਗੁਰਬਤ ਦੇ ਲਕੀਰ ਕਨੇ ਤਲੇ ਹੈ ਤੇ ਇਥੋ ਜਿਹੜਾ ਕਿ ਹਾਸਲ ਇਤਨਾ ਕੁਝ ਕੀਤਾ ਵੰਦੇ ਤੇ ਦਿੱਤਾ ਕਿਆ ਦਿੱਤਾ ਕਿਆ ਵੰਦੇ ਇਹ ਗੁਰਬਤ ਦਿੱਤੀ ਵੰਦੀ ਬੀਆ ਕੁਝ ਕਹਿ ਨਹੀਂ ਦਿੱਤਾ ਮਾ ਪੀ ਅਫਸੋਸ ਦੀ ਗਾਲ ਹੈ ਇਥੋ ਜਿਹੜਾ ਨਾ ਬੀ ਇਹ ਵੀ ਕਾਫੀ ਸਾਰੇ ਮਾਮਲੇ ਹਨ ਉਹ ਕਿਆ ਹੀ ਜਨੂਬੀ ਪੰਜਾਬ ਦੇ ਇਥੋ ਦੇ ਜਿਹੜੇ ਆਪਣਾ ਬਾਲ ਬਾਲ ਜਿਹੜੇ ਮਜ਼ਦੂਰ ਹੋਣਨ ਇਹਨਾਂ ਨੂੰ ਕਹਿੰਦੇ ਚਾਈਲਡ ਲੇਬਰ ਆ ਤੇ ਬਾਲ ਮਜ਼ਦੂਰ ਸਾਰੇ ਜਨੂਬੀ ਪੰਜਾਬ ਦੇ 22% ਹਨ ਯਾਰ ਤਕਲੀਫ ਥੀ ਇਹ ਬਾਲ ਜਿਹਨੇ ਛੋਦੇ ਆਪਣਾ ਬਚਪਨ ਖੇਡੇ ਦੇ ਵਿੱਚ گزارਣਾ ਹਾ ਉਹਨੇ ਬਚਪਨ ਰੋਟੇ ਉਤ ਗੁਜ਼ਰਦਾ ਪਏ ਉਹਨੇ ਦਾ ਬਚਪਨ ਫੈਕਟਰੀ ਦੇ ਵਿੱਚ ਗੁਜ਼ਰਦਾ ਪਏ ਉਹਨੇ ਦਾ ਬਚਪਨ ਕਹੀਂ ਮੋਟਰਸਾਈਕਲ ਦੀ ਦੁਕਾਨ ਤੇ ਗੁਜ਼ਰਦਾ ਪਏ ਕਿਥੇ ਮਕੈਨਿਕ ਬਣਨੇ ਪਾ ਤਾਂ ਯਾਰ ਤਕਲੀਫ ਥੀ ਕਿ ਮਤਲਬ ਬਚਪਨ ਵੀ ਉਹਨੇ ਆਪਣੇ ਵਾਸਤੇ ਵਿੱਚ ਕਹਾਨੀ ਉਹ ਵੀ ਉਹ ਨਜ਼ਰੀਏ ਮਾਸ਼ ਦੇ ਵਿੱਚ ਗਾਲ ਲੀਤੇ ਜਨੂੰ ਵੀ ਪੰਜਾਬ ਦੇ ਬਾਹਰ ਇਹਦਾ ਬਚਪਨ ਵੀ ਇਨ ਹੈ ਦੇ ਅਥੇ ਔਰ ਅਸਾਂ ਆਪਣੇ ਬਾਲੇ ਦਾ ਬਚਪਨ ਨਹੀਂ ਸੇ ਗਿਣ ਸਕਦੇ ਬਈ ਜਿਹੜੀ ਗੱਲ ਕੀਤੀ ਵਜੇ ਤਾਂ ਉਹ ਇਹ ਹੈ ਕਿ ਸਾਡੇ ਜਿਹੜਾ ਨਾ ਔਰਤਾਂ ਔਰ ਤੇ ਉਜਰਣਾ ਇਥੇ ਬਹੁ ਹੀ ਪਿੱਛੇ ਰੱਖਿਆ ਉਹ ਤੋਂ ਮੈਂ ਸੈੰਦਾ ਬੈਠਾ ਮੀ ਕਿ ਇਥਾਂ ਟੋਟਲ ਪਤਾ ਨਹੀਂ ਕਿੰਨੇ ਯੂਨੀਵਰਸਿਟੀ ਹੈ ਤੇ ਲੇਕਿਨ ਜਿਹੜਾ ਤਾਲੀਮੀ ਇਹਦੇ ਉਹ ਹੈ ਨਾ ਤਾਲੀਮੀ ادارے ਹਨ ਤਾਲੀਮੀ ادارے ਇਹਦੇ ਕੋਈ ਟੋਟਲ ਮੈਨਾ ਕੋਈ 11 11 ਯੂਨੀਵਰਸਿਟੀ ਪਤਾ ਨਹੀਂ ਕਿੰਨੇ ਲੇਕਿਨ ਅਗਰ ਉਹਨਾਂ ਦੇ ਸਾਲਤ ਵਨ ਕੇ ਦੇਖੋ ਜਨਾ ਤਾਂ ਤਕਰੀਬਨ 100 ਦਾਖਲਾ ਨਾ ਕਰ ਉਸ ਤੋਂ ਸਾਡੇ ਜਿਹੜੇ ਬਾਲ ਸਾਡੇ ਆਸਾਬ ਨੌਜਵਾਨ ਹੈ ਅਸਾਂ ਬਾਹਰ ਪੜ੍ਹਨ ਵੇਨੇ ਆਪਣੇ ਵਤਨ ਨੂੰ ਛੋੜ ਵੇਨੇ ਜਿੱਥਾਂ ਵਤਨ ਜਿੱਥਾਂ ਅਸਾਂ ਪੈਦਾ ਥੇ ਜਿੱਥਾ ਸਾਰੇ ਬਚਪਨ ਹੁੰਦੇ ਜਿੱਥਾ ਸਾਰੇ ਯਾਰ ਦੋਸਤ ਹੁੰਦੇ ਜਿੱਥਾ ਸਾਰੇ ਬਚਪਨ ਦੇ ਲੰਮੇ ਗੁਜ਼ਰੇ ਹੁੰਦੇ ਬਚਪਨ ਦੇ ਲੰਮੇ ਜਿਹੜਾ ਗੁਜ਼ਰੇ ਹੁੰਦੇ ਉਹ ਜਹਾ ਬਹੁਤ ਪਿਆਰੇ ਹੁੰਦੇ ਬੰਦੇ ਸਾਰੇ ਦੋਸਤ ਸਮਝਦੇ ਹੋ ਤੇ ਉਥਾਂ ਮਤਲਬ ਅਸਾਂ ਇਹ ਜਹਾ ਕੋ چھوڑ ਕੇ ਵੈਨੇ ਬਾਹਰ ਸ਼ਹਿਰ ਹੀ ਵੈਨੇ ਰੁੱਦੇ ਹਨ ਢਿੱਕੇ ਖਾਣੇ ਹੌਸਟਲਿੰਗ ਗੁਜ਼ਰੇ ਨੇ ਹੈ ਤਾਂ ਉਹ ਅਸਾਂ ਨੌਜਵਾਨ ਹੀ ਸਮਝ ਸਕਦੇ ਆ ਜਾਂ ਸਾਡੇ ਮਾਪਿਓ ਸਮਝ ਸਕਦੇ ਜਿਹੜੇ ਕਿ ਅਸਾਂ ਸਫ਼ਰ ਜੇ ਰਵਾਨਾ ਥੀਨੇ ਸਾਕੋ ਮੱਥਾ ਚੁੰਮ ਕੇ ਰਵਾਨਾ ਕਰੈਨਨ ਤੇ ਕੁਰਾਨ ਪਾਕ ਪੜਨ ਬਹਿ ਬੰਦਨ ਆ ਸਾਡੇ ਕਿਤੇ ਦੋਹੀ ਮੰਗਰ ਬਹਿ ਬੰਦਨ ਅਸਾ ਖੈਰ ਖਰੀਦ ਨਾਲ ਪਹੁੰਚ ਬਣੂ ਤੇ ਜਿਤਨੇ ਤੱਕ ਅਸਾ ਪਹੁੰਚਦੇ ਨਹੀਂ ਸੇ ਸਾ ਕੋ ਕਿਤੇ ਘੰਟੇ ਸਫਰ ਕਰਨਾ ਪੁੰਦੇ ਲਾਹੌਰ ਵਾਸਤੇ ਤੇ ਇਸਲਾਮਾਬਾਦ ਵਾਸਤੇ ਕਿਤੇ ਘੰਟੇ ਸਫਰ ਕਰਨਾ ਪੁੰਦੇ ਕਿਉਂਕਿ ਉਥੇ ਤਾਲੀਮੀ ادارے ਉਡੇ ਨਾ ਸਾਡੇ ਕੋਲ ਤਾਲੀਮੀ ادارے ਕਾਇ ਨਹੀਂ ਤਾਲੀਮੀ ادارے ਹਿੰਦ ਤੇ ਯੂਨੀਵਰਸਿਟੀ ਮਾ ਰਸਨਾ ਬੈਠਾ ਕੋਈ ਟੋਟਲ ਜਿੰਨੇ ਹਿੰਦ ਆ ਜਾਰਾ ਉਹਨੇ ਦਾ ਹਾਲ ਜਿਹੜਾ ਉਹ ਸਾਰੇ ਦੇ ਸਾਹਮਣੇ ਹੈ ਕਿਉਂਕਿ ਅਸਾ ਸਾਰੇ ਜਨੂਬੀ ਪੰਜਾਬ ਦੇ ਰਹਿਣ ਵਾਲੇ ਸਾ ਕੋ ਪਤਾ ਹੈ ਪਿਆ ਖੈਰ ਉਹ ਸਾ ਕੋ ਰਵਾਨਾ ਕਰਨ ਦੇ ਕੁਰਾਨ ਪਾਕ ਪੜ੍ਹਦੇ ਬੈਠ ਰਹੇ ਨਾ ਸਾਰੇ ਦੋਈ ਮੰਗਦੇ ਬੈਠ ਰਹੇ ਯਾਰ ਸਫਰ ਹੀ ਵੰਦੇ ਪਰ ਤੇ ਵਲਾ ਅਸਾਂ ਉੱਥੇ ਪਹੁੰਚਦੇ ਹਾਂ ਉੱਥਾਂ ਅਸਾਰ ਸਾ ਵੀ ਗੁਜ਼ਾਰਨਾ ਹੁੰਦੇ ਉਹ ਤਾਂ ਸਾਕੂ ਪਤਾ ਹੁੰਦਾ ਸਕੇ ਰਿਹਾਲ ਦੇ ਗੁਜ਼ਰਨੇ ਪਏ ਇਤਨੀ ਮਹਿੰਗਾਈ ਦੇ ਵੀ ਕਿਹੜੀ ਤਰਤੀਬ ਨਾਲ ਅਸਾਂ ਗੁਜ਼ਰਨੇ ਪਏ ਤੇ ਉਹ ਸਾਡੇ ਮਾਪਿਆਂ ਨੂੰ ਪਤੇ ਇਹ ਇੱਕ ਮੇਰੀ ਰਿਕੁਐਸਟ ਹੈ ਇਹ ਇੱਕ ਰਿਕੁਐਸਟ ਹੈ ਕਿ ਕਮ ਅਸ ਕਮ ਤੁਸੀਂ ਆਪਣਾ ਇਹ ਹੱਕ ਮੰਗੋ ਕਿਉਂਕਿ ਤਾਲੀਮ ਲਾ ਤੁਸੀਂ ਇਹ ਮੰਗੋ ਯਾਰ ਤਾਲੀਮ ਥੋੜੀ ਕਾਫੀ ਜ਼ਿਆਦਾ ਹੈ ਆ ਸਾਡਾ ਅਦਬੀ ਰੇਟ ਅਧਵੀ ਰੇਟ ਪਤਾ ਨਹੀਂ ਇੱਥਾਂ ਮੇਰੇ ਮੇਰੇ ਇਲਾਕੇ ਤੋਂ ਸੇ ਸ਼੍ਰੀ ਦਾ ਅਧਵੀ ਰੇਟ ਹੈ ਨਾ ਉਹ 91% ਅਧਵੀ ਰੇਟ 91% ਮਤਲਬ ਇਹਨੇ ਸਾਰੇ ਨੇ ਜੇਕਰ ਉਹ ਕਰੋਨਾ ਮਜਬੂਰਾਂ ਦੇ ਵਿੱਚ 91% ਅਧਵੀ ਰੇਟ ਹੈ तकरीबन ਮੈਂ ਕੁਝ ਜ਼ਿਆਦਾ ਹੋ ਕੋ ਨਹੀਂ 91% ਯਾਰ ਸਾਡੇ ਕੋਲ ਕੋਈ ਹਾਂ ਜੇ ਤਾਂ 91% ਅਧਵੀ ਰੇਟ ਹੈ ਉਥੇ ਜਨਰੂਸਤੀ ਕਾਨ ਕਿਉਂ ਕਹਨੀ ਇਹ ਜਨੂਬੀ ਪੰਜਾਬ ਹੈ ਇਹ ਤੋਂ ਵੋਟ ਹੀ ਨਾ ਵਸੂ ਬਡੇਰੇ ਨੇ ਤਵਸਤ ਨਾਲ ਗਿਣ ਵਸ ਵੋਟ ਲੇਕਿਨ ਇਹ ਤਾਂ ਵਲਾਸਾ ਫੇਰੀ ਕਹਿ ਨਹੀਂ ਪਾਉਣੀ ਤਾਂ ਸਭਲਾ ਚੱਕਰ ਹੀ ਕਹਿ ਨਹੀਂ ਪਾਉਣਾ ਇਹ ਵਜ੍ਹਾ ਕਿਥੇ ਯੂਨੀਵਰਸਿਟੀ ਕਹਿ ਨਹੀਂ ਇਹਨੇ ਕਸੂਰ ਵਾਰ ਅਸਾਂ ਆਪ ਹੈ ਤੇ ਬੀਜਾ ਜਣਾ ਮਾਮਲਾ ਹੈ ਇਥਾਂ ਔਰਤਾਂ ala ਮਤਲਬ ਇਥਾਂ ਔਰਤਾਂ ਦਾ ਐਕਸੈਸ ਕਹਿ ਨਹੀਂ ਇਹਨੇ ਤੱਕ ਕੋਈ ਮਤਲਬ ਮਾਡਰਨ ਜਿਹੜੀ ਹੋਏ ਨਾ ਸਾਰੀ ਆਪਣੀ ਤਾਲੀਮ ਦੀ ਗੱਲ ਕਰਾਂ ਤਾਂ ਉਹਨੇ ਤੱਕ ਵੀ ਐਕਸੈਸ ਕਾ ਨਹੀਂ ਉਹਨੇ ਰਸਾਈ ਕਾ ਨਹੀਂ ਉਹਨੇ ਤੈ ਵੀ ਮਤਲਬ ਪੜ੍ਹਾ ਨਹੀਂ ਸਕਦੇ ਸਾਧਿਆਂ ਕਿਤਨੇ ਮਤਲਬ ਸਾਧਿਆਂ ਭੀੜੀਆਂ ਕਿਤਨੇ जिने जिने दे मतलब 18 साल कने ਘਟ ਪਹਿਲੇ ਨਿਕਾਹ ਕਰ ਦਿੱਤਾ ਮਨੇ ਤਾਂ ਬੜੀ ਤਸ਼ਵੀਸ਼ਨਾਕ ਫੁਰਤ ਹੈ ਹਾਲੇ ਔਰ 5% ਟੇਜ ਹੈ ਵੀ ਹਿੰ 5% ਟੇਜ ਹੈ ਗੌਰ ਨਾਲ ਸੁਣੋ ਕਿ ਜਿਨਾਂ ਦਾ 15 ਸਾਲ ਕਨੇ ਪਹਿਲੇ ਉਹਨੇ ਦਾ ਨਿਕਾਹ ਕਰ ਦਿੱਤਾ ਮਤਨ ਉਹਨੇ ਵਿ ਸ਼ਾਦੀ ਕਰ ਦਿੱਤੀ ਮੇਰੀ ਇਹ ਕੀ ਵਜ੍ਹਾ ਕੀ ਹੈ ਇਹ ਸਾਡੀ ਵਜ੍ਹਾ ਹੀ ਹੈ ਕਿ تعلیم ਕਰਨੀ ਦੂਰੀ ਸਾ ਕੋ ਮੁਫਤ ਤਲਿਮ ਹੋਇਆ ਕਹਿ ਨਹੀਂ ਤੀ ਪਈ ਸਾਡਾ ਤਾਲੀਮੀ ਈਦਾਰਾ ਚੰਗਾ ਕਹਿ ਨਹੀਂ ਤਾ ਮਹਿਆ ਕੋ ਨਹੀਂ ਜੈਂਦੀ ਵਜ੍ਹਾ ਕਨੇ ਸਾਡੇ ਇਹ 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 ਚੇਂਜ ਮਤਲਬ ਮਸਾਇਲ ਹਿੰ ਪਏ ਮਸਾਇਲ ਜਨਮ ਖਿੰਦਾ ਤੇ ਜਿਹੜਾ ਅਗਰ ਸਾਰੀ ਇਨੇ ਤੱਕ ਰਸਾਈ ਹੋਵੇ ਅਗਰ ਸਾਰੀ ਇਨੇ ਤੱਕ ਰਸਾਈ ਹੋਵੇ ਤਾਂ ਅਸਾਦੇ ਸਾਰੇ ਦੇ ਵਿੱਚ ਨੌਜਵਾਨ ਤਬਕੇ ਦੇ ਵਿੱਚ ਅਸਾਦੇ ਵਿੱਚ شعور ਹੋਸੀ ਸਾਰੇ ਨੌਜਵਾਨ ਤਬਕੇ ਦੇ ਵਿੱਚ شعور ਹੋਸੀ ਅਸੀਂ ਇਹ ਜਿਹੇ ਅਗਦਾਮ ਨਾ ਕਰਨੇ ਸੋ ਅਸੀਂ ਇਹ ਜੇ ਕੰਮੇ ਕੋ ਰੁਕੇ ਸੋ ਅਸਾਂ ਆਪਣੇ ਵੱਡਿਆਂ ਨੂੰ مشورہ ਹੀ ਦੇ ਸਕਦੇ ਹਾਂ ਵੱਡੇ ਨੂੰ ਛੋੜੀ ਮਤਲਬ ਜੇ ਬੰਦੇ ਆਪਣਾ ਆਪਣੇ ਰਿਵਿਊ ਦੱਸਦੇ ਆਪਣੀ ਗੱਲ ਦੱਸਦੇ ਉਹ ਗੱਲ ਜਿਹੜੇ ਉਹਨੂੰ ਦੱਸੇ ਸੋ ਤਾਂ ਉਹਨੂੰ ਸਮਝ ਆਸੀ ਉਹ ਸਾਡੇ ਕੇ ਲੱਖ ਦਰਜੇ ਬਿਹਤਰ ਨੇ ਅਸਾਂ ਉਹਨੇ ਕੇ ਸਿੱਖਦੇ ਹੈ ਸਭ ਕੁਝ ਚੱਲਣਾ ਸਿੱਖਦੇ ਕੋਈ ਸ਼ੱਕ ਨਹੀਂ ਲੇਕਿਨ ਕੁਝ ਗੱਲ ਇੱਜਾ ਹੁੰਦੀ ਜਿੰਦੇ ਉਹਤੇ ਮਤਲਬ ਉਹਨੇ ਕੇ ਵੀ ਢੇਰ ਤਜਰਬੇ ਹੁੰਦੇ ਮੈਂ ਵੀ ਜ਼ਿਆਦਾ ਤਜਰਬੇ ਹੁੰਦੇ ਤੇ ਅਸਾਂ ਕੁਝ ਗੱਲ ਵੈਸੇ ਇੱਜਾ ਵੀ ਹੁੰਦੀ ਜਿਹੜਾ ਕਿ ਅਸਾਂ ਸਿੱਖ ਬਨੇ ਹੈ ਤੇ ਅਸਾਂ ਕੋ ਜਰਨਾ ਉਹ ਗੱਲ ਹੀ ਆਪਣੇ ਬਜ਼ੁਰਗਾਂ ਨੂੰ ਦੱਸਣਾ ਹੁੰਦਾ ਦੱਸਣਾ ਹੁੰਦਾ ਤੇ ਫੈਸਲਾ ਉਹਨਾਂ ਦਾ ਚੱਲਣਾ ਚਾਹੀਦਾ ਸਭ ਕੁਝ ਉਹਨਾਂ ਦਾ ਹੁੰਦੇ ਲੇਕਿਨ ਗੱਲ ਇਹ ਜੋ ਕੁਝ ਗੱਲ ਇੱਜਾ ਹੁੰਦੀ ਜਿਹੜਾ ਅਸਾਂ ਸਿੱਖ ਬਨੇ ਦਿਲ ਅਸਾਂ ਇਹ ਗੱਲ ਹੀ ਕਿ ਤਾਲੀਮੀ ਦਰ ਦੇ ਜੋ ਸਿੱਖ ਕੇ ਵੈਸੋ ਅਸਾਂ ਆਪਣੇ ਨੂੰ ਦੱਸੇ ਸੂ ਪਿੱਛੇ ਉਹ ਕਿਉਂ ਪਰਨੇ ਸਨ 15 ਸਾਲ ਕੋਲ ਪਹਿਲੇ ਆਪਣੀ ਧੀਰੇ ਨੂੰ ਕਿਉਂ ਪਰਨੇ ਸਨ 18 ਸਾਲ ਕੋਲ ਪਹਿਲੇ ਆਪਣੀ ਧੀਰੇ ਨੂੰ ਤੇ ਵਲਾਹ ਜਿਹੜੀ ਗੱਲ ਹੈ ਇਹ ਜਿਲ੍ਹੇ ਅਦਾਲਤ ਤੇ ਨਿਜ਼ਾਮ ਵੰਦੇ ਇਹ ਤਕਰੀਬਨ 1000 ਕੋਲ 1200 ਔਰਤਾਂ ਦਾ ਯਾਰ ਲੜਕੀਆਂ ਦਾ ਕਤਲ ਕਰਦੇ ਤਾਂ ਵੰਦੇ ਗੈਰ ਹਦਨਾਤੇ ਕਿੰਨੀ ਤਸ਼ਵੀਸ਼ ਤਸ਼ਵੀਸ਼ ਨਾਖੂਰਤੇ ਹਾਲੇ ਕਿ 1000 ਕੋਲ 1200 ਸਾਲ ਦੇ ਵਿੱਚ ਔਰਤਾਂ ਦਾ ਗੈਰ ਹਦਨਾਤ ਦਾ ਕਤਲ ਕਰਦੇ ਤਾਂ ਇਹ ਜਿਲ੍ਹੇ ਸਾਡੀ ਰਸਾਈ ਹੋਸੀ ਤਾਲੀਮੀ ਦਰੇ ਤੱਕ ਨਾ ਕੋਈ ਜੇ ਰੋਲੇ ਰਫੜੇ ਹੋਸਨ ਨਾ ਇਹ ਮਸਾਇਲ ਹੋਸਨ ਇਹ ਵਜ੍ਹਾ ਕਰਕੇ ਸਾਡੇ ਏਕਾਦਮੀ ਇਦਾਰੇ ਜਿਹੜੇ ਕਿ 11 ਯੂਨੀਵਰਸਿਟੀਆਂ ਦੇ ਨੋਬੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਤੁਹਮੇ ਦੱਸਿਆ ਬੈਠਾ ਕਿ ਉਥਾਂ ਸਗਰ ਵੰਨੋ ਨਾ ਤਾਂ ਅਸਾਂ ਨੇ ਹਾਲਤ ਦੇਖ ਕੇ ਅਧੇ ਕਿ ਬਸ ਦਾਖਲਾ ਨਹੀਂ ਕਿਹਣਾ ਚਾਹੀਦਾ ਕੋਈ ਜੀ ਹਾਲਤ ਹੈ ਤੇ ਮਤਲਬ ਅਪਰ ਪੰਜਾਬ ਕੇ 61% ਘਾਟੇ ਨਾ ਖੈਰ ਮੈਂ ਥੋੜਾ ਮੋ ਭੁੱਲ ਵੀ ਸਕਦਾ ਲੇਕਿਨ ਜਿਹੜੀ ਇਹ ਤਕਰੀਬਨ ਹੀ ਹੈ ਮਰੇ ਸੈਨਾ ਬੈਠਾ ਅੱਧ ਵੀ ਰੇਟ ਮੈਂ ਤੁਹਾਨੂੰ ਦੱਸਿਆ ਆਪਣਾ ਯੂਨੀਵਰਸਿਟੀ ਤੋਂ ਮਰੇ ਤੋਂਸੇ ਦੇ ਵਿੱਚ ਤਾਂ ਖਾਸ ਹੈ ਕਿ ਨਾ ਜਨੋਬੀ ਪੰਜਾਬ ਦੇ ਵਿੱਚ ਮੈਂ ਦੱਸਣਾ ਬੈਠਾ ਕਿ ਉਥਾਂ ਹਿੰ ਸਹੀ ਲੇਕਿਨ ਬੇ ਮਾਮਲੇ ਖੈਰ ਜਿਹੜੀ ਨੈਕਸਟ ਗੱਲ ਹੈ ਉਹ ਇਹ ਹੈ ਕਿ ਅਸਾਂ ਜਿਹੜਾ ਨਾ ਇੰਨਾ ਕੁਝ ਮੁਹਈਆ ਕਰਨੇ ਇਹ ਸਾਕੂ ਕੁਝ ਹੀ ਮੁਹਈਆ ਕੈ ਨਹੀਂ ਕਰਦੇ ਇਹਦੀ ਵਜ੍ਹਾ ਕੀ ਹੈ ਇਹਦੀ ਬੇਸਿਕ ਵਜ੍ਹਾ ਕੀ ਹੈ ਅਸਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਇਹ ਨਿਜ਼ਾਮ ਖਤਮ ਥੀ ਸੀ ਅਸਾਂ ਨੌਜਵਾਨੇ ਕਰਨੇ ਅਸਾਂ ਦੇ ਮੇਰੇ ਜਿੰਨੇ ਵੀ ਬਜ਼ੁਰਗ ਰਹੇ ਪਰ ਤਾਂ ਉਹਨੇ ਤੇ ਮੈਂ ਆਪਣੀ ਗੱਲ ਪੁੱਛੂ ਸਾਂ ਬਾਕੀ ਮਰਜ਼ੀ ਉਹਨਾਂ ਦੀ ਤਾਂ ਅਸਾਂ ਉਹਨਾਂ ਦੇ ਹੁਕਮ ਤੇ ਤਾਮਿਲ ਕਰਨੇ ਚੁਕਿ ਕਿ ਨੌਜਵਾਨ ਸਾਕੂ ਕਰਨਾ ਹੁੰਦੇ ਉਹਨਾਂ ਸਾਕੂ ਪਹਿਲਿਆ ਹੁੰਦੇ ਉਹਨਾਂ ਸਾਕੂ ਅਲਾਵਾ ਸਿਖਾਇਆ ਹੁੰਦੇ ਤਾਂ ਮੈਂ ਇਹਨਾਂ ਨੂੰ ਸਿਰਫ ਇਹ ਦੱਸੇ ਸਾਂ ਕਿ ਅਸਾਂ ਜਿਹੜਾ ਨਾ ਇੱਕ ਸਾਡਾ ਸਰਦਾਰ ਉਠ ਸਰਦਾਰ ਮਤਲਬ ਇਹ ਹੈ ਕਿ ਜਿਵੇਂ ਸਾਡੇ ਜਨੂਬੀ ਪੰਜਾਬ ਪਿਛਤੇ ਹੀ ਵਜਾ ਕੇ ਥੋੜੇ ਸੰਦ ਬੈਠੇ ਕਿ ਇੱਥੇ ਜਿਹੜੇ ਆਪਣਾ ਗੱਦੀ ਨਸ਼ੀਨ ਜਾਂ ਜਿਹੜੇ ਇਹ ਪੀਰ ਹਜ਼ਰਤ ਹੁੰਦੇ ਨੇ ਜੋ ਜਿੰਨੇ ਕੋਸ ਜਿੰਨੇ ਅਸਾਂ ਮੁਰੀਦ ਹੁੰਨੇ ਉਹ ਆਪ ਜਿਹੜਾ ਨਾ ਦਰਬਾਰ ਤੇ ਬੈਠੇ ਹੁੰਦੇ ਦਰਬਾਰ ਤੇ ਬੈਠੇ ਹੁੰਦੇ ਤੇ ਆਪਣਾ ਉਹਨੇ ਇੱਕ ਬੰਦੇ ਕੋ ਸਰਗਿੰਦੇ ਹਰ ਏਰੀਆ ਦੇ ਵਿੱਚੋਂ ਇੱਕ ਬੰਦੇ ਦੇ ਪਿੱਛੋਂ ਮੈਂ ਉਹਨੇ ਕੋ ਭੇਡ ਬੱਕਰੀਆਂ ਆਖਾਂ ਕੀ ਆਖਾਂ ਜਿਹੜੇ ਕਿ 2-3000 ਬੰਦਾ ਉਹਨੇ ਦੇ ਪਿੱਛੋਂ ਲਗਾ ਮੈਂ ਇਹ ਆਪਣੇ ਬਾਲੇ ਦਾ ਮੁਸਤਕਬਲ ਨਹੀਂ ਦੇਦਾ ਆਪਣੇ ਮਸਾਇਲ ਨਹੀਂ ਦੇਦਾ ਵੱਲਾ ਬਾਦ ਜੁਨੇ ਮਸਾਲਾ ਖਿਆਲ ਆਇਆ ਵਦੋਂਦੇ ਕਿਉਂਕਿ ਉਹ ਤਾਂ ਆਪਣਾ ਇਲੈਕਸ਼ਨ ਜੀਤ ਕੇ ਥੇ ਮਦਰਾ ਨੇ ਸਾਈਡ ਦੇ ਉਤੇ ਲੇਕਿਨ ਉਨ ਟਾਈਮ ਉਹਨੇ ਕੋ ਸਰਵਿੰਦਰ ਉਹਨੇ ਪ੍ਰੋਟੋਕੋਲ ਲੈਂਦਾ ਇਲੈਕਸ਼ਨ ਦੇ ਟਾਈਮ ਸਰਵਿੰਦਰ ਤਾਂ ਇਹ ਜਿਹੜੀ ਸੂਰਤ ਹਾਲ ਹੈ ਨਾ ਇਹ ਸਾਰੀ ਬਹੁ ਹੀ ਬਹੁ ਹੀ ਸੰਗੀਨ ਸੂਰਤ ਹਾਲ ਹੈ ਅਸਾਂ ਕੋ ਸਭ ਕੁਲ ਪਹਿਲੇ ਇਹਨੂੰ ਤੇ ਕਾਬੂ ਪਾਉਣਾ ਪੁਸੀ ਅਸਾਂ ਕੋ ਬੇਸ਼ੱਕ ਆਪਣਾ ਇਹਨੇ ਮੁਰੀਦ ਹੂੰ ਪਏ ਬੇਸ਼ੱਕ ਅਸਾਂ ਇਹਨੂੰ ਸਪੋਰਟ ਕਰੂੰ ਲੇਕਿਨ ਗੱਲ ਹੈ ਅਸਾਂ ਪਹਿਲੇ ਇਹਨੂੰ ਡਿਮਾਂਡ ਕਰੂੰ ਅਸਾਂ ਜੇ ਡਿਮਾਂਡ ਕਰੇ ਉੰਨੇ ਵੇਲੇ ਹੀ ਸਾਡੀ ਇਹ ਤਬਕਾ ਆਗੂ ਤੋਂ ਨਿਕਲ ਸੀ ਸਾਡੇ ਨੌਜਵਾਨ ਤਬਕੇ ਕੋਈ ਸਾਰੀਆਂ ਚੀਜ਼ਾਂ ਮੁਹਈਆ ਥੀ ਸਨ ਪਿੱਛੇ ਹੀ ਇਹ ਸਾਡਾ ਸਾਰਾ ਨਿਦਮ ਤਬਕਾ ਸੁਧਰ ਸੀ ਪਿੱਛੇ ਫਾਇਦਾ ਥੀ ਸੀ ਕਿਉਂਕਿ ਯਾਰ ਉਹ ਹਿਲਕ ਥੈ ਕਰਨ ਕਿ ਜਿੰਨੇ ਵੀ ਹਕਮਰਾਨ ਇਹ ਪੈਣਾ ਇਹ ਹਿਲਕ ਥੈ ਕਰਨ ਕਿ ਪੰਜਾਬ ਦੇ ਵਿੱਚ ਅਸਾਂ ਆਪਣਾ ਜੀਤਸੂ ਪੰਜਾਬ ਦੇ ਵਿੱਚ ਲਾਹੌਰ ਦੇ ਵਿੱਚ ਲਾਹੌਰ ਦੇ ਵਿੱਚ ਅਸਾਂ ਜੀਤਸੂ ਪੰਜਾਬ ਦੇ ਵਿੱਚ ਹਕੂਮਤ ਬਣਾਈ ਵੈਸੋ ਬਸ ਜਾਨ ਚੁਟੀ ਕਿਉਂਕਿ ਅਸਾਂ ਉਥੇ ਹੀ ਉਹ ਕਰਣਾ ਹੁੰਦੇ ਉਥੇ ਹੀ ਵਾਲਾ ਪੁਲ ਆਈ ਹੁੰਦੀ ਉਥੇ ਹੀ ਹਰ ਸ਼ੈ ਹੁੰਦੀ ਹੈ ਉਥਾਂ ਆਪਣਾ ਮੈਟਰੋ ਬਣਾ ਖੜਾ ਤੇ ਰੋਡ ਬਣੇ ਪਏ ਹੋਣ ਤੇ ਇਡੇ ਯਾਰ ਜਿੱਥਾਂ ਮਤਲਬ ਇਤਨੀ تعلیم ਹੈ ਜਿੱਥਾਂ ਇਤਨੀ ਉਹ ਹੈ ਪਈ ਅਦਵੀ ਰੇਟਿੰਗ ਪਈ ਉਥਾ ਸਿੱਧੇ ਢੰਗ ਦੀ ਯੂਨੀਵਰਸਿਟੀ ਕਹਿਣਾ ਹੋਵੇ ਉਥਾ ਸਿੱਧੇ ਢੰਗ ਦੇ ਹਸਪਤਾਲ ਕਹਿਣਾ ਹੋਵੇ ਉਥਾ ਸਿੱਧੇ ਢੰਗ ਦੇ ਸੜਕਾਂ ਕਹਿਣਾ ਹੋਵੇ ਉਥਾ ਸਿੱਧੇ ਢੰਗ ਦੇ ਤਾਂ ਕੋਈ ਪੁਲ ਕਹਿਣਾ ਹੋਵੇ ਯਾਰ ਸੋਚੀਂ ਤੇ ਤਾਂ ਇਹ ਵਾਸਤੇ ਅਸਾਂ ਕੋਈ ਕਦਮ ਉਠਾਉਣਾ ਚਾਹੀਦਾ ਹੈ ਇਹ ਅਸਾਂ ਇਹਨਾਂ ਨੂੰ ਬਾਵਰ ਕਰੈ ਸੋ ਕਿ ਅਸਾਂ ਇੰਦੇ ਆਪਣਾ ਪੰਜਾਬ ਦਾ ਹਿੱਸਾ ਹਿਸੇ ਅਸਾਂ ਕੋ ਜਾਣਾ ਪੰਜਾਬ ਦੀ ਰਲੋ ਸਿਰਫ ਲਾਹੌਰ ਕੋ ਤਵਜੂ ਨਹੀਂ ਦਿਓ ਸਾਕੂ ਵੀ ਦਿਓ मैं वैसे लाहौर लोगों को एप्रीशिएट करे मतलब सलाम पेश करे सर नहीं नहीं मैं अपने जनूबी लोग अपने पीरी बुरीताओ कोई साको शिकवा शिकायत कहाँ नहीं होना चाहिए हर बंद अपना नजरियात कहीं नजरियात मतलब नजरियात इख्तलाफ हे लेकिन असा उन्हें करें असा कहीं जबरदस्ती मुसलत नहीं कर सकते अपना नजरिया ਤਾ ਸਾਹ ਕੋ ਚਾਹੀਦਾ ਹੈ ਕਿ ਬੇਸ਼ੱਕ ਇਹ ਹਰਸ਼ੇ ਬੁਗਤਾ ਹਾਂ ਲੇਕਿਨ ਆਪਣੇ ਨੌਜਵਾਨਾਂ ਦਾ ਸੋਚਾਂ ਉਹਨਾਂ ਦਾ ਖਿਆਲ ਕਰਾਂ ਆਪਣੇ ਤਬਕੇ ਦਾ ਸੋਚਾਂ ਆਪਣੇ ਮਸਾਲੀ ਨੇ ਗੁਸੋਂ ਪਹਿਲੇ ਔਰ ਬਾਅਦ ਵਿੱਚ ਉਹਨਾਂ ਦਾ ਹਾਲ ਗਿਣਸਾਂ ਤਾਂ ਉਮੀਦ ਹੈ ਵੀਡੀਓ ਤੁਹਾਨੂੰ ਪਸੰਦ ਆਈ ਹੋਸੀ ਅਗਰ ਇਹ ਵੀਡੀਓ ਪਸੰਦ ਆਈਏ ਤਾਂ ਤੁਸੀਂ ਕੋਈ ਅਗੂ ਦੋਤੇ ਫੈਲਾ ਥੋੜੇ ਸੋ ਸਾਰੀ ਵੀਡੀਓ ਨੂੰ ਤਾਂ ਕਿ ਸਾਡਾ ਇਹ ਪੈਗਾਮ ਸਾਰੇ ਬਿਨੇ ਭਰਾਵਾਂ ਤੱਕ ਪਹੁੰਚਦਾ ਰਹੇ ਔਰ ਜਿਹੜੀ ਸਦੀ ਸ਼ਮਾ ਹੈ ਇੱਕ ਆਪਣਾ ਬੁਝੇ ਨਾ ਪਈ ਇਹ ਫੈਲੇ ਵਦੀ ਔਰ ਇਹ ਸ਼ਮਾ ਦੇ ਨਾਲ ਕਾਫੀ ਸਾਰੇ ਲੋਕ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ रोशनी हासिल करे सन और मेरे जितने भी नौजवान फिरा हुए रोशनी हासिल करके वो इन शाम को मजीद बे सन जैसे मसायल हल थे सन जैसे अपर पंजाब से जनूबी वो इस सारे निदाम खत्म थी वे थी। और एक पंजाब सी। और एक पंजाब के बराबर फंड आ सन मिलते पे इन शैक्स अल्लाह हाफिज